ਸਭ ਤੋਂ ਪਹਿਲਾਂ ਕਿਸਾਨਾਂ ਨਾਲ ਮੁੱਖ ਮੰਤਰੀ ਦੀ ਹੋ ਰਹੀ ਬੈਠਕ ਦੀ ਗੱਲ ਕਰ ਲੈਣੇ ਆ ਬੈਠਕ ਚੱਲ ਰਹੀ ਹੈ ਤੇ ਕਿਸਾਨਾਂ ਦੀਆਂ ਮੰਗਾਂ ਤੇ ਇਸ ਦੇ ਵਿੱਚ ਚਰਚਾ ਹੋ ਰਹੀ ਹੈ ਖੇਤੀਬਾੜੀ ਮੰਤਰੀ ਕੁਲਦੀਪ ਢਾਲੀਵਾਲ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਕਿਸਾਨਾਂ ਨੇ 3 ਅਗਸਤ ਨੂੰ ਸੂਬੇ ਪਰਚ ਧਰਨੇ ਕਰਨ ਦਾ ਐਲਾਨ ਕੀਤਾ ਹੋਇਆ ਸੀ ਤੇ ਸਭ ਵਿਚਾਰੇ ਕਿਸਾਨਾਂ ਨਾਲ ਅੱਜ ਹੋ ਰਹੀ ਇਹ ਬੈਠਕ ਸਰਕਾਰ ਦੀ ਡੈਮੇਜ ਕੰਟਰੋਲ ਨੀਤੀ ਦਾ ਹਿੱਸਾ ਮੰਨੀ ਜਾ ਰਹੀ ਹੈ ਬਹਿਰਾਲ ਇਸ ਬੈਠਕ ਦਾ ਨਤੀਜਾ ਕੀ ਹੋਏਗਾ ਕਿ ਇਸ ਬੈਠਕ ਤੋਂ ਬਾਅਦ ਕਿਸਾਨ ਸੰਤੁਸ਼ਟ ਨਜ਼ਰ ਆਉਣਗੇ ਕਿ ਇਹ ਅੰਦੋਲਨ ਇਹ ਪ੍ਰਦਰਸ਼ਨ ਟਾਲਿਆ ਜਾਏਗਾ ਫਿਲਹਾਲ ਨਜ਼ਰਾਂ ਇਸ ਤੇ ਬਣੀਆਂ ਹੋਈਆਂ ਹਨ ਦੇਖਣਾ ਹੋਏਗਾ ਕਿ ਸਰਕਾਰ ਕੀ ਹੱਲ ਦਿੰਦੀ ਹੈ ਸਰਕਾਰਾਂ ਦੀ ਕੀ ਰਣਨੀਤੀ ਰਹੇਗੀ ਕਿਸਾਨਾਂ ਦੇ ਪੰਜਾਬ ਭਵੰਦੇ ਵਿੱਚ ਕਿਉਂਕਿ ਇਹ ਬੈਠਕ ਹੋ ਰਹੀ ਹੈ ਚੰਡੀਗੜ੍ਹ ਦੇ ਪੰਜਾਬ ਭਵੰਤੋਂ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਸਾਡੇ ਨਾਲ ਜੁੜ ਚੁੱਕੇ ਨੇ ਸਿੱਦੇ ਉਹਨਾਂ ਦਾ ਰੁਕ ਕਰਾਂਗੇ ਤੇ ਕੀ ਕੁਝ ਇਸ ਵੇਲੇ ਖਬਰ ਬਾਹਰ ਆ ਰਹੀ ਹੈ ਇਹ ਅਨਮੋਲ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਨਮੋਲ ਕਦੋਂ ਤੋਂ ਬੈਠਕ ਹੋ ਰਹੀ ਹੈ ਕਿ ਕੋਈ ਚਰਚਾਵਾਂ ਚੱਲ ਰਹੀਆਂ ਨੇ ਕੋਈ ਜਾਣਕਾਰੀ ਬਾਹਰ ਆ ਸਕੀ ਜੀ ਬਿਲਕੁਲ ਅਮਰਤਾ ਕਿਉਂਕਿ ਦੇਖੋ 5:30 ਵਜੇ ਦੇ ਕਰੀਬ ਇਹ ਬੈਠਕ ਸ਼ੁਰੂ ਹੋਈ ਸੀਗੀ ਤੇ ਹੁਣ ਜਿਹੜੇ ਕਿ 8:00 ਵੱਜ ਚੁੱਕੇ ਆ ਜਾਣੇਗੇ ਕਿਹਾ ਜਾਵੇਗਾ ਕਿ 2.5 ਘੰਟੇ ਤੱਕ ਇਹ ਬੈਠਕ ਚੱਲੀ ਹੈ ਹੁਣ ਕਿਉਂਕਿ ਪਹਿਲਾਂ ਵੀ ਆਪਣੀ ਜਦੋਂ ਗੱਲ ਹੋਈ ਸੀਗੀ ਕਿ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਸ ਵਕਤ ਸਾਰਾ ਜਥੇਬੰਦੀਆਂ ਜਿਹੜੀਆਂ ਕਿਆਂ ਇਸ ਵਕਤ ਪੰਜਾਬ ਭਵਨ ਦੇ ਅੰਦਰ ਮੌਜੂਦ ਹੈ ਜਿਨ੍ਹਾਂ ਦੇ ਨਾਲ ਮੁਲਾਕਾਤ ਚੱਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਆਪ ਜਿਹੜੇ ਕਿ ਇਹ ਮੁਲਾਕਾਤ ਲੈ ਰਹੇ ਆ ਬੈਠਕ ਲੈ ਰਹੇ ਆ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਿਹੜੇ ਕਿ ਗੁਲਦੀਪ ਧ ਚੱਕਾ ਜਾਮ ਕਰਨ ਦੀ ਕਾਲ ਜਿਹੜੀ ਕਿ ਉਹ ਦਿੱਤੀ ਗਈ ਸੀਗੀ ਖਾਸ ਤੌਰ ਤੇ ਭਾਰਤ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਜਿਹੜੀ ਕਿ ਇਹ ਕਾਲ ਦਿੱਤੀ ਗਈ ਸੀਗੀ ਤਾਂ ਉਸ ਕਾਲ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਕਿ ਕੀਤੀ ਜਾ ਰਹੀ ਹੈ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਸਹਿਮਤੀ ਬਣਦੀ ਹਜੇ ਤੱਕ ਨਜ਼ਰ ਨਹੀਂ ਆ ਰਹੀ ਇੱਕ ਵਾਰ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪੰਜਾਬ ਭਵਨ ਦੀ ਜਿੱਥੇ ਕਿ ਬੈਠਕ ਜਿਹੜੀ ਕਿ ਕਾਫੀ ਦੇਰ ਤੋਂ ਚੱਲ ਰਹੀ ਹੈ ਤੇ ਹਜੇ ਵੀ ਕੋਈ ਹਲਚਲ ਜਿਹੜੀ ਕਿ ਹਜੇ ਨਹੀਂ ਵੇਖਣ ਨੂੰ ਮਿਲ ਰਹੀ ਜਿਸ ਤੋਂ ਕਿਹਾ ਜਾ ਸਕੇ ਕਿ ਬੈਠਕ ਦੀ ਜਿਹੜੀ ਕਿ ਕਦੋਂ ਖਤਮ ਹੋਣੀ ਹੈ ਇਸ ਦੇ ਬਾਰੇ ਕੋਈ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਜਾਣੇ ਕਿ ਹਜੇ ਤੱਕ ਇਸੇ ਸਿੱਟੇ ਤੱਕ ਜਿਹੜੀ ਕਿ ਸਿੱਟੇ ਤੇ ਨਹੀਂ ਪਹੁੰਚੀ ਇਹ ਬੈਠਕ ਇਸ ਬੈਠਕ ਦੇ ਵਿੱਚ ਹਜੇ ਵੀ ਜਿਹੜੀ ਕੀ ਹੈ ਬਹਿਸ ਜਾਰੀ ਹੈ ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਭਾਵੇਂ ਗਿੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਹੋਵੇ ਜਾਂ ਫਿਰ ਮੂੰਗੀ ਤੇ ਐਮਐਸਪੀ ਦੀ ਗੱਲ ਕੀਤੀ ਜਾਵੇ ਤਮਾਮ ਉਹ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਜਿਹੜਾ ਕਿ ਕੀਤਾ ਜਾਂਦਾ ਉਨ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਕੀ ਹੈ ਇਸ ਬੈਠਕ ਇਹ ਇਮਰਜੈਂਸੀ ਬੈਠਕ ਜਿਹੜੀ ਕਿ ਬੁਲਾਈ ਗਈ ਹੈ ਕਿਉਂਕਿ 3 ਤਰੀਕ ਨੂੰ ਜਾਣੇ ਕਿ ਕੱਲ ਇੱਕ ਚੱਕਾ ਜਾਮ ਕਰਨ ਦੀ ਗੱਲ ਕੀਤੀ ਗਈ ਸੀ ਉਸ ਚੱਕਾ ਜਾਮ ਤੋਂ ਪਹਿਲਾਂ ਕਿਹਾ ਗਿਆ ਤਾਂ ਸਰਕਾਰ ਦੀ ਇੱਕ ਕੋਸ਼ਿਸ਼ ਹੈ ਕਿ ਕਿਸੇ ਕਿਸੇ ਤਰੀਕੇ ਨਾਲ ਸਹਿਮਤੀ ਬਣਾਈ ਜਾਵੇ ਤੇ ਇਹ ਚੱਕਾ ਜਾਮ ਨਾ ਹੋ ਸਕੇ ਉਸ ਦੀ ਕੋਸ਼ਿਸ਼ ਉਸ ਤੱਕ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਿਹੜੀ ਜਿਹੜੀ ਅੰਦਰੂਨੀ ਸਬਟ ਬੈਠਕ ਚੱਲ ਰਹੀ ਹੈ ਚਰਚਾ ਜਿਹੜੀ ਕਿ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਲੇਕਿਨ ਕਿਸੇ ਸਿੱਟੇ ਤੱਕ ਜਿਹੜੀ ਕਿ ਇਹ ਬੈਠਕ ਪਹੁੰਚਦੀ ਨਜ਼ਰ ਹਜੇ ਤੱਕ ਤਾਂ ਨਹੀਂ ਆ ਰਹੀ ਉਮੀਦ ਜਤਾਈ ਜਾ ਰਹੀ ਹੈ ਕਿ ਕੁਝ ਹੀ ਦਿਨ ਬਾਅਦ ਜਦੋਂ ਬੈਠਕ ਖਤਮ ਹੋਏਗੀ ਤਾਂ ਕੱਲ ਦਾ ਜਿਹੜਾ ਚੱਕਾ ਜਾਮ ਹੈ ਉਸ ਨੂੰ ਕਿਸੇ ਤਰੀਕੇ ਨਾਲ ਸਰਕਾਰ ਵੱਲੋਂ ਅਵੋਇਡ ਕਰਨ ਦੀ ਕੋਸ਼ਿਸ਼ ਇੱਕ ਜ਼ਰੂ ਤਾ ਉਹਦੇ ਤਹਿਤ ਹੀ ਇੱਕ ਫੈਸਲਾ ਜਾਂ ਫਿਰ ਇੱਕ ਨੀਤੀ ਜਿਹੜੀ ਕੀ ਹੈ ਉਹ ਬਣਾਈ ਜਾ ਸਕਦੀ ਹੈ ਬਿਲਕੁਲ ਜ਼ਾਹਿਰ ਤੌਰ ਤੇ ਰਣਨੀਤੀ ਬਣਾਉਣ ਦੇ ਲਈ ਜ਼ਰੂਰ ਸਰਕਾਰ ਵੀ ਉਜਾਗਰ ਹੈ ਫਿਲਹਾਲ ਕਾਫੀ ਉਤਸੁਕ ਵੀ ਨਜ਼ਰ ਆ ਰਹੀ ਹੈ ਕਿਉਂਕਿ ਕਿਸਾਨਾਂ ਦੇ ਪ੍ਰਦਰਸ਼ਨ ਦੀ ਜੋ ਵੀ ਰਣਨੀਤੀ ਉਲਕੀ ਗਈ ਹੈ ਉਹ ਅੱਗੇ ਸਰਕਾਰ ਦੇ ਹੱਕ ਦੇ ਵਿੱਚ ਗਵਾਹੀ ਨਹੀਂ ਪਰੇਗੀ ਫਿਲਹਾਲ ਸਹਿਮਤੀ ਕਿਸੇ ਮੁੱਦੇ ਤੇ ਬਣੀ ਹੈ ਮੋਲ ਇਸ ਬਾਰੇ ਕੋਈ ਜਾਣਕਾਰੀ ਮਿਲ ਸਕੀਏ ਕਿਉਂਕਿ ਕਿਸਾਨ ਇੱਕ ਨਹੀਂ ਬਲਕਿ ਕਈ ਮੰਗਾਂ ਲੈ ਕੇ ਪਹੁੰਚੇ ਨੇ ਨਾਰਾਜ਼ਗੀਆਂ ਜਿੱਥੇ ਕੇਂਦਰ ਦੇ ਨਾਲ ਨੇ ਉੱਥੇ ਹੀ ਸੂਬਾ ਸਰਕਾਰ ਦੇ ਨਾਲ ਵੀ ਨਾਲੋ ਨਾਲ ਬਰਕਰਾਰ ਨੇ ਸੋ ਨਾਰਾਜ਼ਗੀਆਂ ਨੂੰ ਲੈ ਕੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਇੱਕ ਮੰਗ ਤੇ ਵੀ ਸਹਿਮਤੀ ਬਣ ਸਕੀ ਹੈ ਦੇਖੋ ਅਮਰਤਾ ਬੈਠਕ ਜਿਹੜੀ ਕਿ ਇਸ ਵਕਤ ਜਾਰੀ ਹੈ ਤਾਂ ਬੈਠਕ ਦੇ ਵਿੱਚ ਕੀ ਕੁਝ ਗੱਲ ਹੋਈ ਹੈ ਇਸ ਦੇ ਬਾਰੇ ਤਾਂ ਜਾਨਕਾਰੀ ਇਸ ਬੈਠਕ ਤੋਂ ਬਾਅਦ ਹੀ ਮਿਲ ਸਕਦੀ ਹੈ ਲੇਕਿਨ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ तमाम ਮੰਗਾ ਦੋਤੇ ਕਿ ਕਿਸਾਨ ਕਿਤਨੇ ਕਿਤੇ ਅੜੇ ਹੋਏ ਨਜ਼ਰ ਆ ਰਹੇ ਕਿਉਂਕਿ ਜੇਕਰ ਨੇਗੋਸ਼ੀਏਸ਼ਨ ਦਾ ਮਸਲਾ ਹੁੰਦਾ ਜੇਕਰ ਨੇਗੋਸ਼ੀਏਸ਼ਨ ਚੱਲ ਰਹੀ ਹੁੰਦੀ ਤਾਂ ਜ਼ਰੂਰ ਹੋ ਸਕਦਾ ਹੈ ਕਿ ਨਰਮੀ ਦਿਖਾ ਕੇ 체ਤੀ ਇਹ ਬੈਠਕ ਜਿਹੜੀ ਕਿ ਖਤਮ ਕਰ ਦਿੱਤੀ ਜਾਂਦੀ ਲੇਕਿਨ ਜਿਹੜੀ ਬੈਠਕ ਹੈ ਉਹ ਹਜੇ ਤੱਕ ਚੱਲ ਰਹੀ ਹੈ ਜਿਸ ਦਾ ਮਤਲਬ ਸਾਫ ਤੌਰ ਤੇ ਨੇਗੋਸ਼ੀਏਸ਼ਨ ਕਿਸੇ ਵੀ ਤਰੀਕੇ ਦੀ ਨਹੀਂ ਹੋ ਰਹੀ ਤੇ ਆਪਣੀ ਮੰਗਨ ਲੈ ਕੇ ਕਿਸਾਨ ਜਿਹੜੇ ਕਿ ਆੜੇ ਹੋਏ ਹਨ ਤੇ ਹਜੇ ਤੱਕ ਜਿਹੜੀ ਕਿ ਸਹਿਮਤੀ ਨਹੀਂ ਬਣ ਪਾਈ ਇਸ ਚੀਜ਼ ਦਾ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਦਾ ਕਿਉ ਜੇ ਸਹਿਮਤੀ ਬਣਦੀ ਤਾਂ ਮੀਟਿੰਗ ਜਿਹੜੀ ਕਿ ਛੇਤੀ ਇਹ ਖਤਮ ਵੀ ਹੁੰਦੀ ਨਜ਼ਰ ਆ ਸਕਦੀ ਸੀਗੀ 2.5 ਘੰਟੇ ਤੋਂ ਬਾਅਦ ਹੋ ਚੁੱਕਿਆ ਅਜੇ ਤੱਕ ਬੈਠਕ ਜਿਹੜੀ ਕਿ ਚੱਲ ਰਹੀ ਹੈ ਜਿਸ ਦਾ ਮਤਲਬ ਕਿਤਨਾ ਕਿਤ ਹੈ ਹਜੇ ਵੀ ਰੜਕਾ ਇਸ ਮੀਟਿੰਗ ਦੇ ਵਿੱਚ ਬਰਕਰਾਰ ਹੈ ਤੇ ਕਿਸਾਨਾਂ ਦੀ ਨੁਮਾਇੰਦਗੀ ਕਿਹੜੇ-ਕਿਹੜੇ ਆਗੂ ਕਰ ਰਹੇ ਨੇ ਅਨਮੋਲ ਜਿਹ ਬਿਲਕੁਲ ਪਾਰਤਿਕੀਸ਼ਾਨ ਇਕਤਾ ਸਿੱਧੂਪੁਰ ਦੇ ਖਾਸ ਤੌਰ ਤੇ ਡੱਲੇਵਾਲ ਜਿਹੜੇ ਕੀ ਹੈ ਉਹ ਇਸ ਬੈਠਕ ਦੇ ਵਿੱਚ ਮੌਜੂਦ ਨੇ ਇਸ ਤੋਂ ਇਲਾਵਾ ਕਿਉਂਕਿ 17 ਕਿਸਾਨ ਜਥੇਬੰਦੀਆਂ ਬੁਲਾਈ ਗਈ ਸੀ ਕਿ ਜਿਸ ਦੇ ਵਿੱਚੋਂ 14 ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਕਿ ਅੰਦਰ ਮੌਜੂਦ ਹੈ ਫੋਟੋਸ ਵੀ ਜ਼ਰੂਰ ਜਿਹੜੀਆਂ ਸਾਹਮਣੇ ਆਈਆਂ ਜਿਸ ਤੋਂ ਵਿੱਚ ਪਤਾ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਪੰਜਾਬ ਦੇ ਡੀਜੀਪੀ ਵੀ ਇਸ ਬੈਠਕ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਹ ਬੈਠਕ ਜਿਹੜੀ ਕੀ ਕੀਤੀ ਜਾ ਰਹੀ ਹੈ ਕੁਝ ਅਫਸਰ ਅੰਦਰ ਮੌਜੂਦ ਨੇ ਕਿਉਂਕਿ ਜੇਕਰ ਕੋਈ ਪਾਲਿਸੀ ਫਰੇਮ ਕੀਤੀ ਜਾਂਦੀ ਹੈ ਜਿਸ ਦੇ तरीके ਨਾਲ ਮੰਗਾ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਸੁਣ ਕੇ ਕਿਸੇ ਤਰੀਕੇ ਦੀ ਜੇਕਰ ਪਾਲਿਸੀ ਵੀ ਫਰੇਮ ਕੀਤੀ ਜਾਂਦੀ ਹੈ ਤਾਂ ਜ਼ਰੂਰ ਉਹਨਾਂ ਪਾਲਿਸੀਜ਼ ਨੂੰ ਇੰਪਲੀਮੈਂਟ ਕਰਾਉਣ ਦੇ ਲਈ ਜਾਂ ਉਹਨਾਂ ਦੀ ਫੀਜ਼ਿਬਿਲਿਟੀ ਚੈੱਕ ਕਰਨ ਦੇ ਲਈ ਅਫਸਰਾਂ ਦੀ ਲੋਡ ਜ਼ਰੂਰ ਹੋਏਗੀ ਜਿਸ ਨੂੰ ਲੈ ਕੇ ਇਹ ਬੈਠਕ ਜਿਹੜੀ ਕਿ ਹਜੇ ਤੱਕ ਜਾਰੀ ਹੈ کافی ਲੰਬਾ ਸਮਾਂ ਹੋ ਗਿਆ ਹੈ ਕਿਸਾਨਾਂ ਦੀ ਨੁਮਾਇੰਦਗੀ ਹੋ ਰਹੀ ਹੈ ਦੂਜੇ ਪਾਸੇ ਸਰਕਾਰ ਫਿਲਹਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰ ਰਹੀ ਹੈ ਪਹਿਲਾਂ ਅਸੀਂ ਵੇਖਿਆ ਸੀ ਅਨਮੋਲ ਕੇ ਸਰਕਾਰਾਂ ਵੱਲੋਂ ਦੌਰੇ ਵੀ ਕੀਤੇ ਗਏ ਮੁੱਖ ਮੰਤਰੀ ਵੀ ਪਹੁੰਚੇ ਖੇਤੀਬਾੜੀ ਮੰਤਰੀ ਵੀ ਪਹੁੰਚੇ ਅਧਿਕਾਰੀਆਂ ਨੂੰ ਬਾਕਾਇਦਾ ਨਾਲ ਲੈ ਕੇ ਗਏ ਤਾਂ ਜੋ ਨਿਪਟਾਰਾ ਵੀ ਹੋ ਸਕੇ ਅੱਜ ਬੈਠਕਾਂ ਹੋ ਰਹੀਆਂ ਨੇ ਬੈਠਕ ਤੋਂ ਪਹਿਲਾਂ ਕਿਸੇ ਕਿਸਾਨ ਜੋ ਥੇਬੰਦੀ ਦੇ ਆਗੂ ਨਾਲ ਗੱਲਬਾਤ ਹੋਈ ਕਿੰਨੀ ਉਮੀਦ ਨਾਲ ਉਹ ਜਾ ਰਹੇ ਨੇ ਕਿਉਂਕਿ ਸਰਕਾਰਾਂ ਤੋਂ ਉਮੀਦਾਂ ਰੱਖਣੀਆਂ ਪੈਂਦੀਆਂ ਨੇ ਪਰ ਨਾਲ ਹੀ ਇੱਕ ਭਰੋਸਾ ਘਟਦਾ ਵੀ ਨਜ਼ਰ ਆਉਂਦਾ ਫਿਲਹਾਲ ਅੱਜ ਦੀ ਇਸ ਸਥਿਤੀ ਦੇ ਵਿੱਚ ਕੀ ਕੁਝ ਉਮੀਦਾਂ ਲੈ ਕੇ ਕਿਸਾਨ ਗਏ ਸੀ ਗੱਲਬਾਤ ਹੋਈ ਕੋਈ ਜੀ ਬਿਲਕੁਲ ਦੇਖੋ ਅਮਰਤਾ ਜੀ ਕਰਕੇ ਬੈਠਕ ਲਈ ਬੁਲਾਇਆ ਹੈ ਤਾਂ ਕਿਸਾਨਾਂ ਨੂੰ ਜ਼ਰੂਰ ਇਸ ਮੀਟਿੰਗ ਤੋਂ ਉਮੀਦਾਂ ਉਮੀਦਾਂ ਸੀ ਕਿ ਜਿਹਦੇ ਕਰਕੇ ਕਿਸਾਨ ਇੱਥੇ ਪਹੁੰਚੇ ਲੇਕਿਨ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪਹਿਲਾਂ ਜਿਹੜੇ ਦੌਰੇ ਹੋਏ ਨੇ ਉਹਨਾਂ ਦਾ ਕੋਈ ਜਿਹੜਾ ਕੀ ਹੈ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਕੁਛੀ ਦਿਨ ਪਹਿਲਾਂ ਜਿਹੜੀ ਗੰਨਾ ਕਿਸ ਗੰਨੇ ਦੀ ਜਿਹੜੇ ਬਕਾਇਆ ਰਕਮੀ ਹੈ ਉਸ ਦੀ ਵੀ ਇੱਕ ਜਿਹੜੀ ਕੀ ਹੈ ਉਹ ਦਿੱਤੀ ਜਾ ਚੁੱਕੀ ਹੈ ਸਰਕਾਰ ਵੱਲੋਂ ਜ਼ਰੂਰ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਖੁਸ਼ ਕੀਤਾ ਜਾਵੇ ਲੇਕਿਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਤਰ੍ਹਾਂ ਕਿ ਤਾ ਸ਼ਾਇਦ ਐਕਸਪੈਕਟੇਸ਼ਨਸ ਵੀ ਜ਼ਿਆਦਾ ਹੈ ਜ ਹੀਟ ਨਹੀਂ ਕਰ 파ਰੀ ਕੋਸ਼ਿਸ਼ ਜ਼ਰੂਰ ਇਸ ਵਕਤ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਕਿਸਾਨਾਂ ਦੀ ਡਿਮਾਂਡਸ ਕਾਫੀ ਨੇ ਉਹਦਾ ਕਾਰਨ ਇਹ ਵੀ ਜ਼ਰੂਰ ਹੈ ਕਿ ਕਿਸਾਨ ਜਿਹੜੀ ਇਲੈਕਸ਼ਨ ਸੀ ਚੋਣਾਂ ਸੀ ਉਸ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਕਾਫੀ ਵਾਅਦੇ ਜਿਹੜੇ ਕੀ ਕਿਸਾਨਾਂ ਦੇ ਨਾਲ ਕੀਤੇ ਗਏ ਸੀਗੇ ਕਿ ਜਿਹੜੇ ਕਿ ਪਹਿਲ ਦੇ ਆਧਾਰ ਤੇ ਜਿਨ੍ਹਾਂ ਦੇ ਉੱਤੇ ਜਿਹੜਾ ਕਿ ਫੈਸਲਾ ਲਿਆ ਜਾਣਾ ਸੀਗੇ ਲੇਕਿਨ ਉਹ ਜਦੋਂ ਫੈਸਲਾ ਨਹੀਂ ਲਿਆ ਗਿਆ ਤਾਂ ਜ਼ਰੂਰ ਕਿਤਨਾ ਕਿਤੇ ਕਿਸਾਨਾਂ ਨੂੰ ਇਸ ਚੀਜ਼ ਦਾ ਜਿਹੜਾ ਕਿ ਹੈ ਖੱਛਾ ਹੈ ਦੁੱਖ ਹੈ ਜਿਸ ਨੂੰ ਲੈ ਕੇ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਵੀ ਕਰ ਰਹੇ ਨੇ ਤੇ ਅੱਜ ਦੀ ਹੈ ਬੈਠਕ ਵੀ ਬੁਲਾਈ ਗਈ ਹੈ ਜੀ ਬਹੁਤ ਸ਼ੁਕਰੀਆ ਮੋਹਲ ਇਸ ਜਾਣਕਾਰੀ ਦੇਲੇ